ਅੱਜ ਵਸੇ ਦਵਾਈ ਆਪਾਂ ਭੁੱਲ ਹੀ ਆਏ ਤੇਰਾ ਸੂਟਾਂ ਦਾ ਜੱਬ ਮੁੱਕੇ ਦਵਾਈ ਫੇਰ ਹੀ ਯਾਦ ਰੱਖੇਂਗੀ ਕੱਲ ਤਾਂ ਤੁਸੀਂ ਆਪ ਕੀਤੀ ਐ ਘਰ ਚੱਲ ਘਰ ਚੱਲ ਨਾਲੇ 6 ਮਹੀਨਿਆਂ 'ਚ ਮੈਂ ਸੂਟ ਲਿਆ ਮੈਂ ਕਿਹੜਾ ਦੱਸ ਰੋਜ਼ ਸੂਟ ਲੈਣੀ ਆ ਆਪ ਤਾਂ ਕੁਝ ਦਵਾਂਦੇ ਨਹੀਂ ਹੁਣ ਹੋਰ ਕੀ ਚਾਹੀਦਾ ਤੈਨੂੰ ਕੁਝ ਨਹੀਂ ਬਸ ਸਾਰਾ ਦਿਨ ਹੋ ਗਿਆ ਬਾਜ਼ਾਰ 'ਚ ਹੁਣ ਘਰੇ ਵੀ ਦੇਖਣਾ ਪਸੂ ਪਸਾਰਾ ਘਰ ਕਿਤੇ ਨੇ ਉੱਡ ਚੱਲਿਆ ਇੱਕਮ ਹੈਗਾ ਘਰੇ ਉਹ ਘਰ ਹੋਵੇ ਜਾਂ ਨਾ ਹੋਵੇ ਇੱਕ ਬਰਾਬਰ ਹੀ ਆ उसे कम तेरे को चल आ जा साउंड वाले चल के बई करे नहीं है यार कोई यार। वो कुछ नहीं होंगे हूं मुड़े आवे चल चलिए मैनू लगता मुंडे कुड़ी तंग करी छड़ यार आपां नहीं की लैणा ओ नहीं बई तू खड़ इत्थे मैं जाके आउणा ਲੈ ਦੇਖ ਲਾ ਪਤਾ ਨਹੀਂ ਕਿੱਧਰ ਗਿਆ ਕੁੰਡਾ ਲਾ ਕੇ ਇੱਥੇ ਹੀ ਹੋਣਾ ਤੁਸੀਂ ਕੁੰਡਾ ਖੋਲੋ ਮੇਰੇ ਹੱਥ 'ਚ ਸਮਾਨ ਹੈ थोड़ी हुंदा यार घर दा भी कोई कम कार कर लिया कर चंगा पानी पी लो तुसी तां ऐवें जवाक दे मगर पै जांदे तू ही बिगाड़िया
कोई गल नहीं, जे मैं भी गाने ना तो सुधारू भी मैं ही। क्यों है कम की है भाभी, उस्ताद दी राम कहानी लेके बैठे ने मरा चल जा खेत नु भाई। जा भाग जा, पानी पूनी देख ही समार के। जेड़े काम वास्ते नु भेजा सीगा ओ तुसी करके क्यों नहीं आए भाई? राह दे विच बस बहुत सुने तेरे कहानियां, माल टकाने ते क्यों नहीं पहुंचाया भाई? ये सारा कुछ कुड़िया करके होया है। ਉਹ ਸੋਨੂੰ ਕਿੰਨੇ ਵਾਰੀ ਕਿਹਾ ਵੀ ਆ ਕੁੜੀਆਂ ਚੱਕਰ 'ਚ ਨਾ ਪਾਓ, ਪਰ ਸੂਰ ਦੇ ਪੁੱਤ ਗੰਦ ਖਾਣ ਕਿੱਥੋਂ ਖੜਦੇ ਨੇ ਇਹ ਬਾਈ? ਜਿਹੜਾ ਆਪਣੇ ਪਿੰਡ ਵਾਲਾ ਇਹ ਕੰਮ ਨਹੀਂ, ਇਹ ਸਾਰਾ ਕੁਛ ਉਹਦੇ ਕਰਕੇ ਹੁੰਦਾ। ਉਹ ਸਾਲੇ ਵੱਡੇ ਸਮਾਜ 'ਚ ਵੀ ਨੱਥ ਪਾਉਣੀ ਪਊਗੀ, ਤੇਰੀ ਕੋਈ ਹੱਲ ਹੋਊਗਾ ਬਾਈ? ਬਾਈ ਪਰਮਾ, ਆ ਕਿਹੜੇ ਚੱਕਰਾਂ 'ਚ ਪੈ ਗਿਆ ਬਾਈ ਤੂੰ? ਬਾਈ ਸੁਣ, ਮੈਂ ਆਪੀ ਆ ਜਾ। ਲੈ ਖੜਾ ਹੋ, ਚੱਲ ਤੈਨੂੰ ਘਰੇ ਛੱਡ ਗਿਆ ਵਾ। ਚੱਲ ਉਹ ਆ ਜਾ ਬਾਈ, ਭੱਗ ਜਾਏਗਾ ਬਾਈ ਘਰੇ, ਦੇਖ ਕੇ ਜਾਈ। ਆਹ ਬੰਦੇ ਤੋਂ ਉਮੀਦ ਨਹੀਂ ਸੀ ਕਿ ਇਹ ਕੰਮਾਂ 'ਚ ਪੈ ਜਾਊਗਾ। ਕੀ ਬਣੂ ਯਾਰ, ਸਾਰਾ ਪਿੰਡ ਹੀ ਇੱਧਰ ਨੂੰ ਤੁਰ ਪਿਆ। ਸਾਰਾ ਦਿਨ ਬਾਜ਼ਾਰ 'ਚ ਖਰਾਬ ਕਰਾਤਾ, ਪਸ਼ੂ ਭੁੱਖੇ ਮਰ ਗਏ ਵਿਚਾਰੇ। ਸੁਣਿਆ ਜੀ,
देखे सूट ना बिलकुल नहीं वधिया आया, आप कल नू मोड़ ना आईए। आहो यार तेरे को यही काम रह गया, एक दिन सूट लाए नहीं, दस दिन मोड़ मड़ाइए थे। मैं तो जदों दी ब्याह के आई ना एक नहीं मन्नी मेरी। हुण तक तेरी मन दा रहा, मेरी कदों सुनी है तू? आ तो ना मेरे दिमाग ते ठिकरा मुद्दा वज्जा सी जदों तेरियां गल्लां च आ गई। मेरे भी अखां ते पट्टी बन्नी हुई सी, नहीं तेरे वर्गी नूं तां मैं दूरों मत्था टेक दिंदा। मेरी मां ने भी मैनूं बहुत समझाया सी, उदों मैं उन्हां दी इक नहीं मन्नी। जे तेरी मां ने कुछ समझाया हुंदा ना तू कदे भी मेरे मूहरे ना बोलदी। मेरे मां प्यो बारे ना कुछ भी कही, नहीं तां मैं बाल्टी मारूं। आ जा मैं कहड़ा खाली हत्थां। आ की भाभी? ओ कुछ नहीं सिमरा, एदा टोकरा टुट्टिया पिया सी। आ तां ही आ बाल्टी दिंदी सी। अच्छा भाभी आ सूट किन्ना सोहणा है, कदों लिया है? अज ही लैके आंदा। आ जा बैठ जा। ਹੋਰ ਪੜ੍ਹਾਈ ਕਿਵੇਂ ਚੱਲ ਰਹੀ ਹੈ ਤੇਰੀ? ਹਾਂਜੀ ਵਧੀਆ। ਹੋਰ ਮੰਮੀ ਡੈਡੀ ਠੀਕ ਨੇ ਤੇਰੇ? ਹਾਂਜੀ ਠੀਕ ਨੇ। ਚਾਹ ਪਾਣੀ ਲਿਆਵਾਂ? ਨਹੀਂ ਬਸ ਭਾਬੀ। ਕੀ ਗੱਲ ਹੋ ਗਈ ਸਿਮਰ, ਤੇਰਾ ਮੂੰਹ ਕਿਉਂ ਉੱਡਿਆ ਹੋਇਆ? ਕੀ ਦੱਸਾਂ ਭਾਬੀ, ਆਪਣੇ ਪਿੰਡ ਦੇ ਮੁੰਡੇ ਹੀ ਘਟੀਆ ਨੇ। ਕੀ ਗੱਲ ਹੋ ਗਈ ਸਿਮਰ? ਗੱਲ ਕੀ ਹੋਣੀ ਭਾਬੀ, ਤੈਨੂੰ ਪਤਾ ਹੀ ਆ ਮੁੰਡਿਆਂ ਨੇ ਤਾਂ ਕੁੜੀਆਂ ਨੂੰ ਐਵੇਂ ਸਮਝ ਰੱਖਿਆ, ਆਉਂਦੀ ਜਾਂਦੀ ਨੂੰ ਰੋਜ਼ ਤੰਗ ਕਰਦੇ ਨੇ, ਅੱਜ ਮੈਨੂੰ ਘੇਰ ਲਿਆ। ਅੱਛਾ ਸਿਮਰ, ਫਿਰ ਮੈਨੂੰ ਕਿਉਂ ਨਹੀਂ ਦੱਸਿਆ ਕੌਣ ਸੀ? ਚਲੋ ਛੱਡੋ ਵੀਰੇ, ਮੌਕੇ 'ਤੇ ਤਾਂ ਏਕਮ ਆ ਗਿਆ ਸੀ। ਚਲੋ ਸ਼ੁਕਰ ਹੈ, ਅੱਗੇ ਤੋਂ ਨਾ ਸਿਮਰ ਤੇਰੇ ਬਾਈ ਜਾਂ ਏਕਮ ਨੂੰ ਦੱਸ ਦਿਆ ਕਰ। ਹਾਂ ਕੋਈ ਨਾ ਭਾਬੀ, ਹੁਣ ਕਿੱਥੇ ਮੱਥੇ ਲੱਗਦੇ ਆ, ਤੁਸੀਂ ਏਕਮ ਨੂੰ ਸਮਝਾ ਦਿਓ, ਉਹਨਾਂ ਦੇ ਮੂੰਹ ਨਾ ਲੱਗੇ, ਨਸ਼ੇੜੀਆਂ ਦਾ ਕੀ ਪਤਾ ਹੁੰਦਾ। ਹੋਰ ਇਹ ਤਾਂ ਗੱਲ ਹੈ, ਉਹ ਕਿਹੜਾ ਘੱਟ ਆ, ਉਹ ਵੀ 24 ਘੰਟੇ ਬਾਹਰ ਹੀ ਰਹਿੰਦਾ। ਲਾ ਗਿਆ ਏਕਮ ਤਾਂ। ਉਹ ਏਕਮ ਆ ਕੀ ਹਾਲ ਬਣਾਇਆ ਤੂੰ? ਆ ਕੀ ਹੋਇਆ ਵੀਰੇ, ਕਿਤੋਂ ਨਸ਼ੇੜੀ ਤਾਂ ਨਹੀਂ ਮਿਲ ਗਿਆ ਤੈਨੂੰ? ਹਾਂ ਦੱਸ, ਹੁਣੀ ਸਬਕ ਸੁਣਾ ਮੇਰੇ ਸਾਲਿਆਂ ਨੂੰ। ਉਹ ਨਹੀਂ ਬਾਈ, ਗੱਲ ਤਾਂ ਸੁਣ ਲਓ ਪਹਿਲਾਂ ਮੇਰੀ, ਤੂੰ ਤਾਂ ਵਕੀਲਾਂ ਵਾਂਗੂ ਸਵਾਲ ਜਵਾਬ ਕਰਨ ਲੱਗ ਗਏ ਯਾਰ। ਬੱਟ ਤੋਂ ਤਿਲਕਿਆ ਮੈਂ ਖੇਤ ਆ। ਅੱਛਾ ਵੀਰੇ, ਮੈਂ ਤਾਂ ਡਰ ਗਈ ਸੀ। ਬੱਟ ਤੋਂ ਤਿਲਕਿਆ ਤਾਂ ਨਹੀਂ ਲੱਗਦਾ ਤੂੰ? ਉਹ ਨਹੀਂ ਬਾਈ ਯਾਰ, ਮੈਂ ਬੱਟ ਤੋਂ ਹੀ ਤਿਲਕਿਆ ਯਾਰ। ਦੇਖ ਕੇ ਤੁਰ ਪਿਆ ਕਰ। ਚਲ ਚੰਗਾ ਭਾਬੀ, ਮੈਂ ਚੱਲਦੀ ਹਾਂ ਘਰੇ, ਮੰਮੀ ਉਡੀਕਦੀ ਹੋ। ਠੀਕ ਹੈ ਸਿਮਰ। ਚੰਗਾ ਵੀਰੇ। ਚੰਗਾ ਸਿਮਰ, ਖਿਆਲ ਰੱਖਿਆ। ਹੈਲੋ, ਹਾਂ ਜੋਤ। ਲੈ ਆ ਗਿਆ ਇਹਦੇ ਪੇਕਿਆਂ ਦਾ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ। ਹੋ ਗਏ ਪੇਪਰ ਤੇਰੇ? ਹਾਂ ਭੈਣੇ ਹੋ ਗਏ। ਜੀਜਾ ਜੀ ਕਿਵੇਂ ਨੇ? ਠੀਕ ਠਾਕ ਸਭ। ਤੂੰ ਦੱਸ ਇੱਥੇ ਸਾਰੇ ਕਿਵੇਂ ਆ? ਸਭ ਵਧੀਆ, ਮੈਂ ਆ ਰਹੀ ਹਾਂ ਤੇਰੇ ਕੋਲ ਇੱਥੇ ਕੱਲ ਨੂੰ। ਅੱਛਾ, ਇਹ ਤਾਂ ਵਧੀਆ ਗੱਲ ਹੈ। ਚੱਲ ਸਵੇਰੇ ਫੋਨ ਕਰ ਦੇ, ਤੇਰਾ ਜੀਜਾ ਲੈ ਜੂ ਤੈਨੂੰ ਅੱਡੇ ਤੋਂ ਆ ਕੇ। ਕੋਈ ਨਾ ਭੈਣੇ। ਚੱਲ ਠੀਕ ਹੈ ਜੋਤ, ਮੈਂ ਰੋਟੀ ਟੁੱਕਦਾ ਕਰਦੀ ਹਾਂ। ਚੱਲ ਠੀਕ ਹੈ ਭੈਣੇ। ਚੱਲ ਓਕੇ। ਬਾਈ ਜੀ ਹੁਣ ਨਾ ਟੈਨਸ਼ਨ ਲਿਓ, ਹੁਣ ਨੀ ਸਾਲਾ ਕਦੇ ਮੂਹਰੇ ਆਉਂਦਾ। ਉਹ ਪੂਰੀ ਰੀਝ ਨਾਲ ਤਸੱਲੀ ਕਰਾਈ ਆ ਬਾਈ, ਹੁਣ ਨੀ ਸਾਹਮਣੇ ਆਉਂਦਾ। ਉਹ ਜਿਹੜਾ ਕੰਮ ਕਰਦੇ ਹੋ ਉਸੇ ਧਿਆਨ ਦਿਆ ਕਰੋ, ਐਵੇਂ ਨਾ ਮੇਰੇ ਲਈ ਬਿਪਤਾ ਖੜੀ ਕਰ ਦਿਓ, ਚੁੱਪ ਚਾਪ ਕੰਮ ਕਰੋ ਬਸ। ਜੀ ਬਾਈ। ਬਾਈ ਜਿਹੜਾ ਸਾਡੇ ਤੇ ਹੱਥ ਚੱਕੂ ਅਸੀਂ ਉਹਨੂੰ ਕਿਵੇਂ ਬਖਸ਼ ਦਾਂਗੇ? ਉਹ ਜੇ ਤੁਹਾਡੀਆਂ ਹਾਕ ਕਰਤੂਤਾਂ ਦਾ ਪੁਲਿਸ ਨੂੰ ਪਤਾ ਲੱਗਾ ਸਾਰੇ ਰਗੜੇ ਜਾਵਾਂਗੇ। ਬਾਈ ਐਵੇਂ ਕਿਵੇਂ ਰਗੜੇ ਜਾਵਾਂਗੇ, ਮੰਤਰੀਆਂ ਨਾਲ ਸਿੱਧੇ ਲਿੰਕ ਨੇ ਤੁਹਾਡੇ। ਅੱਛਾ, ਹੁਣ ਆਹ ਲੰਡੂ ਕੰਮਾਂ ਵਾਸਤੇ ਮੰਤਰੀ ਕੋਲ ਜਾਊਂਗਾ ਮੈਂ, ਕੰਮ ਕਰਨਾ ਕਰੋ ਨਹੀਂ ਡੰਡੀ ਰਗੜੋ। ਉਹ ਨਹੀਂ ਬਾਈ ਜੀ, ਤੁਸੀਂ ਤਾਂ ਗੁੱਸਾ ਹੀ ਕਰ ਗਏ, ਉਹ ਤਾਂ ਨਿੰਮਾ ਤੋਂ ਵੀ ਭਗਾਈ ਮਾਰੀ ਜਾਂਦਾ, ਤੁਸੀਂ ਤਾਂ ਸਾਡੇ ਮਾਈ ਬਾਪ ਹੋ। ਫਿਰ ਸਮਝਾ ਇਹਨੂੰ। ਸਮਝਾ ਦਾਂਗੇ ਬਾਈ, ਤਿਲਕਾ ਤਾਂ ਲਵਾ ਦੇ। ਜਸ਼ਨ ਦੇ ਕੋਲ ਜਾਓ, ਉਹ ਲਵਾਊਗਾ। ਉਹਨਾਂ ਮਾਲ ਇਹ ਵੇਚਦੇ ਨਹੀਂ ਹੈਗੇ, ਉਹ ਜਿੰਨਾ ਆਪ ਹੀ ਛੱਕ ਜਾਂਦੇ ਨੇ। ਐਂ ਤਾਂ ਸਾਲੇ ਮੈਨੂੰ ਨੰਗ ਕਰ ਦੇਣਗੇ, ਇਹ ਨੰਗ ਨਹੀਂ ਕਰ ਦੇਣਗੇ। ਇਹਨਾਂ ਦੇ ਵੀ ਕਰਨਾ ਫੋਨ ਇੰਤਜ਼ਾਮ, ਚਾਂਬਲੇ ਵੀ ਗਏ। ਪੱਟੀ ਆ।